ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੇ ਇਹ ਤਿੰਨ ਮਸ਼ਹੂਰਾ ਟੋਲ ਪਲਾਜੇ ਅੱਜ ਤੋਂ ਹੁਣਗੇ ਬੰਦ ਜੀ ਆਹ ਦੋਸਤੋ ਸਵੇਰੇ ਦੇ ਤਿੰਨ ਮਸ਼ਹੂਰਾ ਟੋਲ ਪਲਾਜੇ 14 ਫਰਵਰੀ ਦੀ ਅੱਧੀ ਰਾਤ 12 ਵਜੇ ਤੋਂ ਬੰਦ ਹੋਣ ਜਾ ਰਹੇ ਹਨ ਤੇ ਇਹਨਾਂ ਦੇ ਵਿੱਚੋਂ ਦੋ ਟੋਲ ਪਲਾਜ਼ਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਤੇ ਇੱਕ ਨਮਾ ਸ਼ਹਿਰ ਵਿੱਚ ਹੈ ਲੋਕਾ ਨਿਰਮਾਣ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ ਜਾਣਕਾਰ ਦੇ ਅਨੁਸਾਰ ਤਿੰਨੋਂ ਟੋਲ ਪਲਾਜ਼ਾ ਇੱਕੋ ਕੰਪਨੀ ਦੇ ਹਨ ਤੇ ਬੀਤੀ ਦੁਪਹਿਰ ਨੂੰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਨਮਾ ਸ਼ਹਿਰ ਦੇ ਮਜਾਰੀ ਹੁਸ਼ਿਆਰਪੁਰ ਦੇ ਨੰਗੜਾ ਸ਼ਹੀਦਾਂ ਅਤੇ ਮਾਨਗੜ ਦੇ ਵਿੱਚ ਆਉਂਦੇ ਤਿੰਨ ਟੋਲ ਪਲਾਜ਼ਾ ਦੇ ਅਧੀਨ 105 ਕਿਲੋਮੀਟਰ ਸੜਕ ਆਉਂਦੀ ਹੈ ਕੰਪਨੀ ਦੇ ਵੱਲੋਂ ਹਰ 35 ਕਿਲੋਮੀਟਰ ਬਾਅਦ ਐਸਐਹ ਸੜਕ ਤੇ ਟੋਲ ਹੈ ਨਵਾਂ ਸ਼ਹਿਰ ਤੋਂ ਦਸੂਹਾ ਪਠਾਨਕੋਟ ਅਤੇ ਅੱਗੇ ਜੰਮੂ ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਲ ਤੇ ਫੀਸ ਦੇਣੀ ਪੈਂਦੀ ਸੀ ਟੋਲ ਕੰਪਨੀ ਨੇ ਸਰਕਾਰ ਦੇ ਕੋਲ 2007 ਵਿੱਚ ਸਥਾਪਿਤ ਟੋਲੇ ਵਧਾਉਣ ਦੀ ਗੋਹਾਰ ਲਗਾਈ ਸੀ ਜਿਸ ਨੂੰ ਸਬਕਾਰ ਨਹੀਂ ਕੀਤਾ ਗਿਆ ਤੇ ਇਸ ਤਰ੍ਹਾਂ ਹੁਣ 105 ਕਿਲੋਮੀਟਰ ਛੜਕਾ ਟੋਲਾ ਫ੍ਰੀ ਹੋਵੇਗੀ ਪੀਡਬਲੂਡੀ ਵਿਭਾਗ ਦੇ ਅਨੁਸਾਰ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲਾਂ ਤੇ ਪਹੁੰਚ ਕੇ ਇਸਦੇ ਬੰਦ ਹੋਣ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ ਅਗਲੀ ਖਬਰ ਹੈ ਚਿੰਤਾ ਭਰੀ ਖਬਰ ਡੂੰਗੇ ਸੰਕਟ ਵਿੱਚ ਪੈ ਸਕਦੇ ਨੇ ਪੰਜਾਬ ਵਾਸੀ ਮਾਨ ਸਰਕਾਰ ਨੇ ਵਧਾ ਦਿੱਤੀ ਸਰਗਰਮੀ ਤਾਂ ਦੋਸਤੋ ਪੰਜਾਬ ਦੇ ਪਾਣੀ ਅਤੇ ਖਾਸ ਕਰਕੇ ਜ਼ਮੀਨ ਹਿਟਲੇ ਪਾਣੀ ਨੂੰ ਲੈ ਕੇ ਲੰਬੇ ਸਮੇਂ ਤੋਂ ਨਕਰਾਤਮਕ ਚਰਚਾ ਬਣੀ ਰਹੀ ਹੈ ਤੇ ਕਰੀਬ 3 ਦਹਾਕਿਆਂ ਤੋਂ ਪੰਜਾਬ ਦਾ ਜ਼ਮੀਨਾਂ ਹੇਠਲਾ ਪਾਣੀ ਬੇहद ਦਾ ਹੇਠਾਂ ਜਾਂਦੇ ਨਾਲ ਇੱਥੋਂ ਦੀ ਖੇਤੀ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਕਿਸੇ ਸਮੇਂ ਜ਼ਮੀਨਾਂ ਹੇਠਲੇ ਪਾਣੀ ਦਾ ਮਾਪਕ ਫੀਟ ਵਿੱਚ ਸੀ ਤੇ ਹੁਣ ਇਹ ਮੀਟਰ ਵਿੱਚ ਬਣ ਚੁੱਕਾ ਹੈ ਤੇ ਕੇਂਦਰੀ ਭੂਜਲ ਬੋਰਡ ਦੀ ਨਵੀਨਤਮ ਰਿਪੋਰਟ ਵਿੱਚ ਆ ਦੇਸ਼ ਭਰ ਦੇ ਹੋਰ ਸੂਬਿਆਂ ਦੀ ਤਰ੍ਹਾਂ ਹੀ ਪੰਜਾਬ ਦੇ ਜ਼ਮੀਨ ਹੇਟਲੇ ਪਾਣੀ ਦੇ ਸਰੋਤਾਂ ਦਾ ਵੀ ਬਲਾਕ ਵਾਈਜ਼ ਮੁਲਾਂਕਣ ਕੀਤਾ ਗਿਆ ਹੈ ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਪੰਜਾਬ ਨੂੰ ਦੇਖਦੇ ਜ਼ਮੀਨ ਹੇਟਲੇ ਪਾਣੀ ਨੂੰ ਲੈ ਕੇ ਚਿੰਤਾ ਜਤਾਈ ਅਤੇ ਮਾਹਿਰਾਂ ਦੀ ਸਪਸ਼ਟ ਚੇਤਾਵਨੀ ਆ ਕਿ ਪੰਜਾਬ ਦਾ ਜ਼ਮੀਨ ਹੇਟਲਾ ਪਾਣੀ ਸੁੱਕਿਆ ਤਾਂ ਇਹ ਦੇਸ਼ ਦੀ ਖੁਰਾਕ ਸੁਰੱਖਿਆ ਦੇ ਲਈ ਵੱਡੇ ਖਤਰੇ ਦਾ ਕਾਰਨ ਹੋ ਸਕਦਾ ਹੈ ਮਾਨ ਸਰਕਾਰ ਨੇ ਵਧਾਈ ਸਰ ਗਰਮੀ ਸੁਪਰੇ ਵਿੱਚ ਪਹਿਲਾਂ ਦੀ ਬਾਦਲ ਅਤੇ ਕੈਪਟਨ ਸਰਕਾਰ ਨੇ ਫਸਲੀ ਪੱਭਨਤਾਂ ਨੂੰ ਲੈ ਕੇ ਬੈਠਕਾਂ ਤਾਂ ਬਹੁਤ ਕੀਤੀਆਂ ਪਰ ਕਿਸਾਨਾਂ ਨੂੰ ਝੋਨੇ ਦੀਆਂ ਬਦਲਮੀਆਂ ਫਸਲਾਂ ਦੇ ਲਈ ਖਾਸ ਮਨਾ ਨਹੀਂ ਸਕੇ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀਆਂ ਤੇ ਭਾਰੀ ਪਏ ਹਨ ਉਹਨਾਂ ਦੇ ਸ਼ਾਸਨ ਕਾਲ ਵਿੱਚ ਇੱਕ ਸਾਲ ਵਿੱਚ ਹੀ ਮੂੰਗ ਦੇ ਅਧੀਨ ਰਕਬਾ ਕਰੀਬ ਦੁੱਗਣਾ ਵੱਧ ਗਿਆ ਤੇ 2021-22 ਦੇ ਸੀਜ਼ਨ ਵਿੱਚ 70000 ਏਕੜ ਦੇ ਮੁਕਾਬਲੇ 2022-23 ਵਿੱਚ ਇਹ ਰਕਬਾ ਲਗਭਗ 6 ਸਵਾ ਲੱਖ ਏਕੜ ਹੋ ਗਿਆ ਤੇ ਇਸ ਤਰ੍ਹਾਂ 2021 ਵਿੱਚ 2.98 ਲੱਖ ਕੁਇੰਟਲ ਦੇ ਮੁਕਾਬਲੇ 2022 ਵਿੱਚ 5 ਲੱਖ ਕੁਇੰਟਲ ਮੂੰਗ ਦੀ ਫਸਲ ਹੋਈ ਅਤੇ ਮਾਨ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਐਮਐਸਪੀ ਤੋਂ ਘੱਟ ਖਰੀਦੇ ਕੀਮਤ ਤੇ ਖਰੀਦ ਦੀ ਸੂਰਤ ਵਿੱਚ ਹੈ ਕਿਸਾਨਾਂ ਨੂੰ 1000 ਰੁਪਏ ਤੱਕ ਦਾ ਭੁਗਤਾਨ ਉਹਨਾਂ ਦੇ ਨੁਕਸਾਨ ਦੇ ਹਿਸਾਬ ਦੇ ਨਾਲ ਸਰਕਾਰ ਕਰੇਗੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੀ ਵਾਲੇ ਬਟਨ ਨੂੰ ਦਬਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਜਰਾ ਪੜ ਲੈਣ ਇਹ ਖਬਰ ਪੀਆਰਟੀਸੀ ਜੂਨੀਅਰ ਨੇ ਕੀਤਾ ਇਹ ਐਲਾਨ ਤਾਂ ਦੋਸਤੋ ਪੀਆਰਟੀਸੀ ਵੱਲੋਂ ਤਨਖਾਹਾਂ ਦੇ ਅਦਾਇਗੀ ਦੇ ਵਿੱਚ ਬਾਰ-ਬਾਰ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਠੇਕਾ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਅਧਿਕਾਰੀਆਂ ਦੇ ਵੱਲੋਂ ਇਸ ਪਾਸੇ ਬਣਦਾ ਧਿਆਨ ਨਾ ਦਿੱਤੇ ਜਾਣ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਤੇ ਇਹ ਗੱਲਾਂ ਪੀਆਰਟੀਸੀ ਠੇਕਾ ਮੁਲਾਜ਼ਮ ਜੂਨੀਅਨ ਦੇ ਬੁਲਾਰਿਆਂ ਨੇ ਕਹੀਆਂ ਹਨ ਤੇ ਉਹਨਾਂ ਨੇ ਸੰਘਰਸ਼ ਦਾ ਐਲਾਨ ਕਰਦਿਆ ਕਿਹਾ ਹੈ ਕਿ ਜੇਕਰ 2 ਦਿਨਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਤਾਂ ਉਹ 16 ਫਰਵਰੀ ਨੂੰ ਪੰਜਾਬ ਭਰ ਵਿੱਚ ਰੋਸ਼ ਪ੍ਰਦਰਸ਼ਨ ਕਰਨਗੇ ਤੇ ਇਹ ਸਸਾ ਤਹਿਤ ਪੀਆਰਟੀਸੀ ਦੇ ਅਧੀਨ ਆਉਂਦੇ ਪਟਿਆਲਾ ਕਪੂਰਥਲਾ ਸਮੇਤ ਪੰਜਾਬ ਦੇ ਸਾਰੇ ਨੌ ਬੱਸ ਸਾਡੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ ਤੇ ਇਸ ਪ੍ਰਦਰਸ਼ਨ ਦੇ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਵੀ ਅੱਡੇ ਦੇ ਵਿੱਚ ਦਾਖਲ ਨਹੀਂ ਹੁੰਨ ਦਿੱਤਾ ਜਾਵੇਗਾ ਚੰਡੀਗੜੀਆਂ ਦੇ ਲਈ ਖੁਸ਼ਖਬਰੀ ਸ਼ਹਿਰ ਦੇ ਵਿੱਚ ਚੱਲਣਗੀਆਂ 80 ਹੋਰ ਹੈ ਬਿਜਲੀ ਵਾਲੀਆਂ ਬੱਸਾਂ ਤਾਂ ਦੋਸਤੋ ਚੰਡੀਗੜੀਆਂ ਦੇ ਲਈ ਖੁਸ਼ਖਬਰੀ ਹੈ ਯੂਟੀ ਪ੍ਰਸ਼ਾਸਨ ਦੇ ਵੱਲੋਂ ਸਿਟੀ ਬਿਊਟੀਫੁੱਲ ਨੂੰ ਵਾਤਾਵਰਨ ਪੱਕੀ ਬਣਾਉਣ ਦੇ ਲਈ 80 ਹੋਰ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਬਣਾਈ ਹੈ ਤੇ ਪਹਿਲਾਂ ਵੀ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ ਯੂਟੀ ਪ੍ਰਸ਼ਾਸਨ ਨੇ ਅੰਤਰਰਾਜੀ ਰੂਟਾਂ ਦੇ ਲਈ ਵੀ 60 ਨੰਮਾ ਡੀਜ਼ਲ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ ਟ੍ਰਾਂਸਪੋਰਟ ਡਾਇਰੈਕਟਰ ਪਰ ਦਮਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਦਾ ਲਈ ਫੰਡਾਂ ਦੀ ਮੰਗ ਕੀਤੀ ਗਿਆ ਜਿਸ ਨੂੰ ਜਲਦ ਮਨਜ਼ੂਰਾ ਕੀਤਾ ਜਾਵੇਗਾ ਤੇ ਉਹਨਾਂ ਨੇ ਕਹਿ ਕੇ ਫੰਡ ਮਨਜ਼ੂਰ ਹੋਣ ਤੋਂ ਬਾਅਦ ਟੈਂਡਰ ਜਾਰੀ ਕੀਤੇ ਜਾਣਗੇ ਤੇ ਇਹ ਪ੍ਰਕਿਰਿਆ ਸਤੰਬਰ 2023 ਤੱਕ ਪੂਰੀ ਹੋਣ ਦੀ ਉਮੀਦ ਹੈ 15 ਫਰਵਰੀ ਤੋਂ ਸ਼ੁਰੂ ਹੋਵੇਗਾ ਅਲੰਪੀਸ ਕੈਨਾਟੀਕਾ ਕਰਨ ਲਾਲਜੀਤ ਸਿੰਘ ਪੁੱਲਰਾਤਾ ਦੋਸਤੋ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੰਪੀ ਸਕੈਨ ਬਿਮਾਰੀ ਤੋਂ ਪਸ਼ੂਆਂ ਦੇ ਬਚਾਅ ਦੇ ਲਈ ਰਾਜ ਪੱਧਰੀ ਮੁਫਤਾ ਟੀਕਾਕਰਨ ਮੁਹਿੰਮ 15 ਫਰਵਰੀ ਨੂੰ ਮਹਾਲੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਲੰਪੀ ਸਕੈਨ ਬਿਮਾਰੀ ਤੋਂ ਗਊਆਂ ਦੇ ਅਗਾਹੋਂ ਬਚਾਅ ਦੇ ਲਈ ਮੀਗਾ ਟੀਕਾਕਰਨ ਮੁਹਿੰਮ ਬੇਡਾਂ ਦੇ ਲਈ ਸੂਬੇ ਵਿੱਚ ਲਗਭਗ 25 ਲੱਖ ਗੰਗਾਣੋ ਗੋਟਾ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਦੇ ਟੀਕਾ ਕਰਨ ਕਰਨ ਦਾ ਟੀਚਾ ਮਿਥਾਇਆ ਤੇ ਪਿਛਲੇ ਬਾਰੇ ਐਸਾ ਬਿਮਾਰੀ ਦੇ ਨਾਲ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ ਸੀ ਇਹ ਬਿਮਾਰੀ ਮੁੜ ਕੇ ਰਸਾਨੀ ਪਸ਼ੂ ਧਨ ਅਤੇ ਸਬੰਧਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ ਇਸ ਦੇ ਲਈ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਆ ਉਹਨਾਂ ਨੇ ਦੱਸਿਆ ਕਿ ਕਰੀਬ 75 ਦਿਨਾਂ ਤੱਕ ਚੱਲਣ ਵਾਲੀ ਐਸਾ ਟੀਕਾ ਕਰਨ ਮਹਿੰਮ ਦੌਰਾਨ 3 April ਤੱਕ ਸੂਬੇ ਦੇ ਸਮੁੱਚੇ ਗਊ ਧਨ ਦਾ ਮੁਫਤ ਟੀਕਾ ਕਰਨ ਕੀਤਾ ਜਾਵੇਗਾ ਪੰਜਾਬ ਚ ਡਾਕਟਰਾਂ ਦੀ ਕਮੀ ਸੀਐਮਏ ਮਾਨਯਾ 271 ਡਾਕਟਰਾਂ ਨੂੰ ਸੌਂਪੇ ਨਯੁਗਤੀ ਪੱਤਰ ਸਿਰਫ 90 ਨੇ ਕੀਤਾ ਜੁਆਇਨ ਜੀ ਆਂ ਦੋਸਤੋ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਦੇ ਕਾਰਨ ਸਿਹਤ ਸੇਵਾਵਾਂ ਮਾਪੁਰਿਤਰਾ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਹਨ ਤੇ ਡਾਕਟਰਾਂ ਦੀ ਘਾਟ ਦੇ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕਾਂ ਵਿੱਚ ਵੀ ਸਿਹਤ ਸੇਵਾਵਾਂ ਮਾਪੁਰਿਤਰਾ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਹਨ ਤੇ ਇਸ ਦਰਮਿਆਨ ਹਰਾਨਗੀ ਵਾਲੀ ਗੱਲ ਆ ਸਾਹਮਣੇ ਆਇਆ 3 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਤਿਆਨਾਤ ਕੀਤੇ ਜਾਣ ਵਾਲੇ 271 ਮਾਹਿਰਾ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੇ ਲਈ ਵਿਸ਼ਾਲ ਸमागੰਭ ਵੀ ਕਰਵਾਇਆ ਗਿਆ ਸੀ ਜੁਣੇ ਕੇ 271 ਤੋਂ ਬਾਅਦ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਪਰ 30 ਦਿਨ ਬੀਤ ਜਾਣ ਦੇ ਬਾਵਜੂਦ ਇਹਨਾਂ ਦੇ ਵਿੱਚ ਸਿਰਫ 90 ਡਾਕਟਰਾਂ ਨੇ ਹੀ ਜੁਆਇਨ ਕਰ ਸਕਿਆ ਪੰਜਾਬ ਵਿੱਚ ਬਿਜਲੀ ਦਾ ਸੰਕਟ ਥਰਮਲਾ ਪਲਾਂਟਾਂ ਦੇ 6 ਯੂਨਟਾਂ ਬੰਦ ਆ ਤਾਂ ਦੋਸਤੋ ਪੰਜਾਬ ਦੇ ਵਿੱਚ ਸਰਦੀ ਮੌਸਮ ਵਿੱਚ ਵੀ ਬਿਜਲੀ ਨੇ ਪਾਵਰ ਕਮ ਦੇ ਪਸੀਨੇ ਛੁੜਾਈ ਹੋਏ ਹਨ ਤੇ ਪੰਜਾਬ ਵਿੱਚ ਬਿਜਲੀ ਦਾ ਸੰਕਟ ਮੜ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੇ ਥਰਮਲ ਪਲਾਂਟਾਂ ਦੇ 6 ਯੂਨਟਾਂ ਬੰਦ ਹੋ ਗਏ ਹਨ ਤੇ ਜਾਣਕਾਰੀ ਦੇ ਅਨੁਸਾਰ ਤਲਵੰਡੀ ਸਾਬੋ ਦੇ 2 ਯੂਨਟ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਿਆੰ ਇਤਿਹਾਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ 700 ਮੀਗਾਵਾਟ ਦਾ ਓਵਰ ਹਾਲਿੰਗ ਕਰਕੇ ਬੰਦ ਹੋ ਗਿਆ ਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਿਆ ਤੇ ਇੱਕ ਯੂਨਿਟ ਓਵਰ ਹਾਲਿੰਗ ਕਰਕੇ ਅਤੇ ਦੂਜਾ ਬੋਇਲਰ ਲੀਕੇਜ ਕਰਕੇ ਬੰਦ ਹੋ ਗਿਆ ਤੇ ਇਸ ਤੋਂ ਇਲਾਵਾ ਲਹਿਰਾ ਮੁਹਬਤ ਦਾ ਇੱਕ ਯੂਨਿਟ ਪਿਛਲੇ ਸਾਲ ਦੀ 13 ਮਈ ਤੋਂ ਬੰਦ ਹੈ ਤੇ ਇਸ ਕਾਰਨ ਇਨਸਾਲਡ ਆ ਕਪੈਸਿਟੀ ਵਿੱਚ 2650 ਮੀਗਾਵਾਟ ਦੀ ਕਮੀ ਆਈਆ ਕਮਾਈ ਦੇ ਨਵੇਂ ਨਵੇਂ ਤਰੀਕੇ ਲੱਭ ਰਹੀਆ ਪੰਜਾਬ ਸਰਕਾਰ ਤਿਆਰੀ ਦੇ ਵਿੱਚ ਜੁਟਿਆ ਜਲ ਸਰੋਤ ਵਿਭਾਗ ਤਾਂ ਦੋਸਤੋ ਪੰਜਾਬ ਸਰਕਾਰ ਇਨੇ ਦਿਨੇ ਕਮਾਈ ਦੇ ਨਵੇਂ ਨਵੇਂ ਤਰੀਕੇ ਲੱਭ ਰਹੀਆ ਤੇ ਪਿਛਲੇ ਦਿਨੇ ਜਲ ਸਰੋਤ ਵਿਭਾਗ ਨੇ ਵੀ ਇੱਕ ਅਜਹੀ ਪਹਿਲ ਕੀਤੀ ਆ ਤੇ ਵਿਭਾਗ ਇੱਕ ਆਨਲਾਈਨ ਸੂਚੀ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਜੁਟਿਆ ਜਿਸ ਦੇ ਰਾਹੀਂ ਕੋਈ ਵੀ ਕਰ ਬੈਠੇ ਜਲ ਸਰੋਤ ਵਿਭਾਗ ਦੀਆਂ ਅਜਿੰਗਾਂ ਥਾਵਾਂ ਨੂੰ ਆਪਣੀ ਯਾਤਰਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰ ਸਕਦਾ ਜਿੱਥੇ ਫੋਟੋ ਸ਼ੂਟ ਕੀਤਾ ਜਾ ਸਕਦਾ ਤੇ ਇਹ ਸਾਰੀਆਂ ਥਾਵਾਂ ਫੋਟੋ ਸ਼ੂਟ ਡੈਸਟੀਨੇਸ਼ਨ ਦੇ ਤੌਰ ਤੇ ਸੂਚੀ ਦੇ ਵਿੱਚ ਉਪਲਬਧ ਹੋਣਗੀਆਂ ਤੇ ਹਦਲੇ ਜਲ ਸਰੋਤ ਵਿਭਾਗ ਨੇ ਸਾਰੇ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਛੇਤੀ ਸੂਬੇ ਵਿੱਚ ਬੱਕ ਬੱਕਾ ਮਨਮੋਹਕ ਅਤੇ ਚੰਗੀਆਂ ਸਾਈਟਾਂ ਦੇ ਨਿਸ਼ਾਨਦੇਹੀ ਕੀਤੀ ਜਾਵੇ ਤੇ ਜਿਨ੍ਹਾਂ ਨੂੰ ਕਿਰਾਏ ਤੇ ਫੋਟੋ ਸ਼ੂਟਾਂ ਦੇ ਲਈ ਉਪਲਬਧ ਕਰਵਾਇਆ ਜਾ ਸਕੇ ਹੁਣ ਤੱਕ ਜਲ ਸਰੋਤ ਵਿਭਾਗ ਆਪਣੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਤਿੰਨ ਪੱਤਰ ਜਾਰੀ ਕਰ ਚੁੱਕਿਆ ਹੈ ਪਿੰਡ ਬੱਗੇਕੇ ਦੇ ਵਿੱਚ 309 ਏਕੜ ਜ਼ਮੀਨਾਂ ਵਿਵਾਦ ਦਾ ਦੇ ਚੱਲਦੇ ਹਾਈਵੇ ਜਾਮ ਪਿੰਡ ਵਸਨੀਕਾਂ ਨੇ ਲਾਇਆ ਧਰਨਾ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਪਿੰਡ ਬੱਗੇਕੇ ਹੇਠਾੜ ਵਿਖੇ 309 ਏਕੜ ਪੰਚਾਇਤੀ ਜ਼ਮੀਨ ਦੇ ਵਿਵਾਦ ਦੇ ਚਲਦਿਆਂ ਪਿੰਡ ਵਾਸੀਆਂ ਫਰੋਈਪੁਰ ਫਾਜ਼ਿਲਕਾ ਹਾਈਵੇ ਤੇ ਲਾਇਆ ਧਰਨਾ ਅਰੋੜਾ ਜ਼ਾਮਕਾਰ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਜਿਸ ਕਰ ਜੁਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛਡਾਉਣ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਅਸ ਦੇ ਤਹਿਤ ਦਸੰਬਰ ਮਹੀਨੇ ਵਿੱਚ ਪਿੰਡਾਂ ਬੱਗੇ ਕੇ ਹੇਠਾੜ ਸੰਤੋਖ ਸਿੰਘ ਵਾਲਾ ਤੇ ਅਟਾਣੀ ਪੰਜਾਬ ਪੂਰਾ ਵਿਖੇ ਪੰਚਾਇਤ ਦੇ ਵੱਲੋਂ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ ਪਿੰਡ ਵਾਸੀਆਂ ਨੇ ਲਾਇਆ ਧਰਨਾ ਪਿੰਡ ਵਾਸੀਆਂ ਦਾ ਕਹਿਣਾ ਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਹ ਇੱਥੇ ਆ ਕੇ ਬਸੇ ਹਨ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਦੇ ਵੱਲੋਂ ਬਾਹੀਯੋਗ ਕੀਤੀ ਗਿਆ ਤੇ ਜਿਸ ਨੂੰ ਸਰਕਾਰ ਹੁਣ ਵਾਪਸ ਲੈਣਾ ਚਾਹੁੰਦੀ ਆ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ 400 ਦੇ ਕਰੀਬ ਪਰਿਵਾਰ ਇਹਨਾਂ ਜ਼ਮੀਨ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ ਤੇ ਜਿੱਥੇ ਲੋਕਾਂ ਦੇ ਕੋਲੇ ਬਹੁਤਾ ਘੱਟ ਜ਼ਮੀਨਾਂ ਤੇ ਉੱਥੇ ਹੀ ਉਹ ਐਸਾ ਜ਼ਮੀਨ ਤੇ ਕਾਸ਼ਤ ਕਰ ਹੀ ਆਪਣਾ ਘਰ-ਬਾਰ ਚਲਾਉਂਦੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਐਸਾ ਜ਼ਮੀਨ ਦੇ ਵਿੱਚ ਵੀ ਉਹਨਾਂ ਦੇ ਘਰ ਹਨ ਤੇ ਜੇਕਰ ਪ੍ਰਸ਼ਾਸਨ ਉਹਨਾਂ ਨੂੰ ਇੱਥੋਂ ਉਠਾਵੇਗਾ ਤਾਂ ਫਿਰ ਉਹ ਕਿੱਥੇ ਜਾਣਗੇ ਪੱਕਾ ਮੋਰਚਾ ਮੁਹੱਲੇ ਚੰਡੀਗੜ੍ਹ ਦੀ ਸਾਂਝੀ ਹਾਦ ਤੇ ਸੁਰੱਖਿਆ ਵਧਾਈ ਨਿਆ ਦੋਸਤੋ ਬੰਦੀ ਸਿੰਘਾਂ ਦੀ ਰਿਹਾਈ ਮੰਗ ਸਣੇ ਹੋ ਰਿਹਾ ਸਿੱਖ ਮਸਲਿਆਂ ਦੇ ਸਬੰਧੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਮਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਦਾ ਉੱਤੇ ਪੱਕਾ ਮੋਰਚਾ ਜਾਰੀ ਹੈ ਅਤੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਰਿਹਾਈ ਸ਼ਬਦ ਨੂੰ ਕੂਚਾ ਕਰਨ ਦਾ ਯਤਨ ਕਰਨ ਸਮੇਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਏ ਟਕਰਾਅ ਦੇ ਮਗਰੋਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ ਅਗਲੀ ਖਬਰ ਨੈਨੋ ਡੀਪੀ ਨੂੰ ਵਪਾਰਕ ਵਰਤੂ ਦੇ ਲਈ ਮਿਲੀ ਸਰਕਾਰੀ ਮਨਜ਼ੂਰੀ ਤਾਂ ਦੋਸਤੋ ਨੈਨੋ ਡੀਪੀ ਦੀ ਇੱਕ ਬੋਤਲ ਦੀ ਕੀਮਤ ਲਗਭਗ 600 ਰੁਪਏ ਹੋਵੇਗੀ ਜੋ ਕਿ ਰਵਾਇਤੀ 50 ਕਿਲੋਗ੍ਰam ਡੀਪੀ ਦੀ ਅਧੀ ਕੀਮਤ ਹੈ ਜੋ ਕਿ ਇਸ ਨੂੰ ਬਦਲੇਗਾ ਤੇ ਸੂਤਰਾਂ ਦੇ ਅਨੁਸਾਰ ਅਗਲੇ ਕੁਝ ਦਿਨਾਂ ਦੇ ਵਿੱਚ ਵਪਾਰਕ ਵਰਤੂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਐਫਕੋ ਸ਼ੁਰੂ ਵਿੱਚ ਉਤਪਾਦ ਨੂੰ ਕਿਸਾਨਾਂ ਦੇ ਸਹਿਕਾਰਤਾ ਮੰਤਰੀ ਨੂੰ ਪੇਸ਼ ਕਰੇ ਗਿਆ ਤੇ ਕੂਰੂ ਮੰਡਲ ਇੰਟਰਨੈਸ਼ਨਲ ਨੇ ਵੀ ਨੈਨੋ ਡੀਏਪੀ ਪ੍ਰਬੰਧਕੀ ਦੇ ਲਈ ਅਰਜੀ ਦਿੱਤੀ ਹੈ ਤੇ ਕਿਸਾਨ ਵਰਤਮਾਨ ਵਿੱਚ ਰਬਾਈਤੇ ਡੀਏਪੀ ਦੇ ਇੱਕ ਥੈਲੇ ਦੇ ਲਈ ਸਬਸਿਡੀ ਵਾਲੀ ਕੀਮਤੇ 1350 ਰੁਪਏ ਅਦਾ ਕਰਦੇ ਹਨ ਜਦਕਿ ਅਸਲ ਕੀਮਤ 4000 ਰੁਪਏ ਹੈ ਪੁਲਿਸ ਦੇ ਨਾਲ ਪੜੇ ਸਿੱਖ ਕਾਰਕੁਨਾਂ ਤੇ ਐਕਸ਼ਨ ਦਾਸ ਹੋ ਰਿਹਾ ਸਖਸ਼ੀਆਂ ਦੀਆਂ ਤਸਵੀਰਾਂ ਜਾਰੀ ਸਿਰਾਂ ਤੇ ਰੱਖਿਆ ਇਨਾਮਾਂ ਜਿਹਾ ਦੋਸਤੋ ਮਹਾਲੀ ਤੇ ਚੰਡੀਗੜ੍ਹ ਦੀ ਹਾਦਸੇ ਕੋਮੀ ਇਨਸਾਫ ਮੋਰਚਾ ਤੇ ਚੰਡੀਗੜ੍ਹ ਪੁਲਿਸ ਵਿੱਚ ਘਰ ਹੋਈ ਝੜਪ ਮਗਰੋਂ ਚੰਡੀਗੜ੍ਹ ਪੁਲਿਸ ਨੇ ਪੰਨ ਤੋੜਾ ਕਰਨ ਵਾਲੇ 10 ਹੁਰ ਜਣਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਮੜ ਪਰ ਦਰਸ਼ਨ ਕਰਨ ਨਾ ਦੀ ਸਨਾਖਤ ਕਰਨ ਵਾਲਿਆਂ ਨੂੰ 10000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਤੇ ਪੁਲਿਸ ਦਾ ਕਹਿਣਾ ਕਿ ਜਾਣਕਾਰੀ ਦੇਣ ਵਾਲੇ ਦੀ ਸਨਾਖਤ ਆ ਗੋਪਤ ਰੱਖੀ ਜਾਵੇਗੀ ਦੱਸ ਰਿਹਾ ਕਿ ਚੰਡੀਗੜ੍ਹ ਪੁਲਿਸ ਨੇ ਦੋ ਦਿਨ ਪਹਿਲਾਂ ਵੀ 10 ਜਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਤੇ ਇਸ ਤਰ੍ਹਾਂ ਪੁਲਿਸ ਨੇ ਹੁਣ ਤੱਕ 20 ਜਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਪਰ ਉਹਨਾਂ ਦੇ ਵਿੱਚੋਂ ਸਨਾਖਤ ਸਿਰਫ 7 ਜਣੇ ਦੀ ਹੋ ਸਕੇ ਆ ਤੇ ਪੁਲਿਸ ਹੂਰਨਾ ਤਿਰਾਂ ਜਣੇ ਦੇ ਸਨਾਖਤ ਕਰਨ ਵਿੱਚ ਜੁਟੀ ਹੋਈ ਹੈ ਰੱਖਿਆ ਮੰਤਰਾਲੇ ਦੇ ਆਰਮੀ ਆਰਡੀਨੈਂਸ ਅਕੂਰ ਵਿੱਚ 1793 ਗ੍ਰੋਪਰ ਸੀ ਸਬਿਲੀਅਨ ਭਰਤੀ 26 ਫਰਵਰੀ ਤੱਕ ਕਰੋ ਅਪਲਾਈ ਤਾਂ ਦੋਸਤੋ ਰੱਖਿਆ ਮੰਤਰਾਲੇ ਦੇ ਅਧੀਨ ਆਰਮੀ ਆਰਡੀਨੈਂਸ ਵਿੱਚ ਸਬਿਲੀਅਨ ਭਰਤੀ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਦੇ ਲਈ ਕੰਮ ਦੀ ਖਬਰ ਹੈ ਆਰਮੀ ਆਰਡੀਨੈਂਸ ਕੂਰਾ ਦੇ ਕੇਂਦਰੀ ਭਰਤੀ ਸੈੱਲ ਨੇ 14 ਜਨਵਰੀ 2023 ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਅਧੀਨ ਦੇ ਦੇ ਬੱਕ ਬੱਕ ਇਸ ਵਿੱਚ ਚੱਲ ਰਹੀਆਂ ਇਕਾਈਆਂ ਦੀਪੂਆਂ ਦੇ ਵਿੱਚ ਸਮੂਹ ਸੀ ਨਾਗਰਿਕਾਂ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਫਾਇਰਮੈਨ ਦੀਆਂ 543 ਅਤੇ ਟਰੇਡਸਮੈਨ ਮੇਟਾ ਦੀਆਂ 1249 ਅਸਾਮੀਆਂ ਸਮੇਤ ਕੁੱਲ 1793 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ ਤੇ ਇਨ੍ਹਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੇ ਇੱਛਕ ਉਮੀਦਵਾਰ ਵੈਬਸਾਈਟ aocrequirement.gov.in ਤੇ ਮੁਹੱਈਆ ਕਰਵਾਏ ਆਨਲਾਈਨ ਫਾਰਮ ਦੇ ਰਾਹੀ ਅਪਲਾਈ ਕਰ ਸਕਦੇ ਹਨ ਤੇ ਅਪਲਾਈ ਕਰਨ ਦੀ ਆਖਰੀ ਮਿਤੀ 26 ਫਰਵਰੀ ਹੈ ਜਦਕਿ ਆਰਜੀ ਦੀ ਪ੍ਰਕਿਰਿਆ 6 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ